ਮੇਰੀ ਸੱਸ ਦੇ ਨਾਮ ਤੇ ਮਕਾਨ ਸੀਗਾ ਉਹਨਾਂ ਨੇ ਸਾਡੇ ਤੋਂ ਪੈਸੇ ਲਿੱਤੇ ਹੋਏ ਅਸੀਂ ਉਹਨਾਂ ਨੂੰ 5 ਲੱਖ ਦੇ ਚੁੱਕੇ ਆ ਹੁਣ ਉਹ ਸਾਨੂੰ ਧਮਕਾਉਂਦੇ ਨੇ ਮੇਰੇ ਘਰਾਂ ਨੂੰ ਆ ਕੇ ਧਮਕੀਆਂ ਦਿੰਦੇ ਨੇ ਕੱਲ ਆ ਕੇ ਮਤਲਬ 3-4 ਬੰਦੇ ਉਹਨਾਂ ਨੂੰ ਲੈ ਕੇ ਨੇ ਚੱਕ ਕੇ ਪੁਲਿਸ ਵਾਲਿਆਂ ਨੇ ਮਤਲਬ ਬਹੁਤ ਮਾਰ ਕਟਾਈ ਕੀਤੀ ਆ ਉਹਨੂੰ ਬਹੁਤ ਕੁੱਟਿਆ ਏ ਚਾਰ ਜਣੇ ਜੀ ਆਪ ਹੀ ਸੀਗੇ ਜੀ ਵਿੱਚ ਪੁਲਿਸ ਵਾਲੇ ਵੀ ਸੀਗੇ ਦੋ ਤੇ ਇਹਨਾਂ ਨੇ ਮੈਨੂੰ ਜੀ ਉੱਥੇ ਲਿਜਾ ਕੇ ਥਾਣੇ 'ਚ ਬਹੁਤ ਕਟਵਾਇਆ ਜੀ ਤੇ ਇਸ ਕਰਕੇ ਵੀ ਮੈਨੂੰ ਇਨਸਾਫ ਕੀਤਾ ਜਾਵੇ ਜੀ ਕੁੱਟਮਾਰ ਵਾਲੀ ਕੋਈ ਗੱਲ ਨਹੀਂ ਹੈ ਜੀ ਨਾ ਅਸੀਂ ਉਹਨਾਂ ਨੂੰ ਲੈ ਕੇ ਆਂਦਾ ਕੱਲੇ ਨੂੰ ਉਹਨਾਂ ਨੂੰ ਬੁਲਾਇਆ ਸੀਗਾ ਉਹ ਸਾਡੇ ਕੋਲ 3 ਤਰੀਕ ਨੂੰ ਆਏ ਸੀਗੇ ਉਹਦੀ ਮਿਸੀ ਸੀ ਉਹਦਾ ਸਾਲਾ ਸੀਗਾ ਨਾਲ ਇੱਕ ਹੋਰ ਉਹਨਾਂ ਦਾ ਜਾਣਕਾਰ ਸੀਗਾ ਕੀ ਨਾਮ ਹੈ ਤੁਹਾਡਾ ਮੇਰਾ ਰਾਜਿੰਦਰ ਕੀ ਗੱਲ ਹੋਈ ਹੈ ਜੀ ਦੇਖੋ ਜੀ ਮੇਰੀ ਸੱਸ ਦੇ ਨਾਮ ਤੇ ਮਕਾਨ ਸੀਗਾ ਉਹਨਾਂ ਨੇ ਸਾਡੇ ਤੋਂ ਪੈਸੇ ਲਿੱਤੇ ਹੋਏ ਅਸੀਂ ਉਹਨਾਂ ਨੂੰ 5 ਲੱਖ ਦੇ ਚੁੱਕੇ ਆ ਹੁਣ ਉਹ ਸਾਨੂੰ ਧਮਕਾਉਂਦੇ ਨੇ ਮੇਰੇ ਘਰਾਂ ਨੂੰ ਆ ਕੇ ਧਮਕੀਆਂ ਦਿੰਦੇ ਨੇ ਕੱਲ ਆ ਕੇ ਮਤਲਬ 3-4 ਬੰਦੇ ਉਹਨਾਂ ਨੂੰ ਲੈ ਕੇ ਨੇ ਚੱਕ ਕੇ ਪੁਲਿਸ ਵਾਲਿਆਂ ਨੇ ਮਤਲਬ ਬਹੁਤ ਮਾਰ ਕਟਾਈ ਕੀਤੀ ਆ ਉਹਨੂੰ ਬਹੁਤ ਕੁੱਟਿਆ ਏ ਕੀ ਨਾਮ ਹੈ ਹਾਂਜੀ ਬਹੁਤ ਸੱਟਾਂ ਲੱਗੀਆਂ ਬਹੁਤ ਕੁੱਟਿਆ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਸੀ ਹਸਪੀਟਲ ਦਾਖਲ ਕਰਾਇਆ ਹੋਇਆ ਅਸੀਂ ਉਹਨਾਂ ਨੂੰ ਬਹੁਤ ਬੁਰਾ ਹਾਲ ਏ ਉਹਨਾਂ ਦਾ ਜਦੋਂ ਪੁਲਿਸ ਵਾਲੇ ਲੈ ਕੇ ਗਏ ਆ ਕੀ ਕਹਿ ਕੇ ਲੈ ਕੇ ਗਏ ਨੇ ਉਹ ਸਰ ਡਾਕੂਮੈਂਟ ਮੰਗਦੇ ਨੇ ਕਹਿੰਦੇ ਅਸਲੀ ਡਾਕੂਮੈਂਟ ਦਿਓ ਤਾਂ ਸਾਨੂੰ ਤੇ ਫਿਰ ਤੁਸੀਂ ਕਿੱਥੋਂ ਲੱਗੇ ਆਪਣੇ ਹਸਬੰਡ ਨੂੰ ਅਸੀਂ ਹਸਬੰਡ ਉੱਥੋਂ ਲੈ ਕੇ ਆਏ ਆ ਕੀ ਕਹਿੰਦੇ ਅਰਬਾ ਸਟੇਟ ਥਾਣੇ ਚ ਕੱਲ ਫਿਰ ਪੁਲਿਸ ਵਾਲੇ ਕੀ ਕਹਿੰਦੇ ਜਿਹੜੇ ਲੈ ਕੇ ਗਏ ਸੀ ਕੀ ਕਹਿੰਦੇ ਕਿਉਂ ਮਾਰਿਆ ਕੁੱਟਿਆ ਉਹ ਕਹਿੰਦੇ ਡਾਕੂਮੈਂਟ ਦਿਓ ਸਾਨੂੰ ਅਸਲੀ ਅੱਛਾ ਜੀ ਹਾਂਜੀ ਤੁਹਾਡੀ ਸੱਸ ਦਾ ਕੀ ਨਾਮ ਹੈ ਉਹਦਾ ਧਿਆਨ ਕੌਰ ਤੇ ਘਰ ਵਾਲੇ ਦਾ ਤੁਹਾਡੇ ਦਾ ਸਵਰਨ ਸਿੰਘ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਾਡਾ ਸਰ ਜੋ ਸਾਡਾ ਹੱਕ ਹੈ ਸਾਨੂੰ ਦਵਾਇਆ ਜਾਵੇ ਮੇਰਾ ਘਰ ਸਰ ਸਾਨੂੰ ਦਿੱਤਾ ਜਾਵੇ ਮੇਰੇ ਛੋਟੇ ਛੋਟੇ ਬੱਚੇ ਆ ਸਾਨੂੰ ਬਹੁਤ ਜ਼ਿਆਦਾ ਤੰਗ ਕਰ ਰਿਹਾ ਬਹੁਤ ਜ਼ਿਆਦਾ ਸਾਨੂੰ ਤੰਗ ਕਰ ਰਿਹਾ ਸਾਨੂੰ ਮਾਰਦਾ ਕੁੱਟਦਾ ਸਾਨੂੰ ਧਮਕੀਆਂ ਦਿੰਦਾ ਸਰ ਕੌਣ ਮੇਰਾ ਜੇਠ ਹੈ ਉਹ ਕਟਵਾ ਰਿਹਾ ਜੋ ਵੀ ਕਰ ਰਿਹਾ ਔਰ ਮੇਰੀ ਸੱਸ ਨਾਲ ਹੈ ਉਹ ਕਰਵਾ ਰਹੀ ਹੈ ਜੋ ਵੀ ਕਰਵਾ ਰਹੀ ਹੈ ਛੋਟੇ ਛੋਟੇ ਮੇਰੇ ਬੱਚੇ ਹੈ ਉਹਨਾਂ ਵੱਲ ਦੇਖਿਆ ਜਾਏ ਸਰ ਤੁਹਾਡੇ ਘਰ ਵਾਲੇ ਨੂੰ ਕਿੱਥੋਂ ਲੈ ਗਏ ਸੀ ਉਹ ਫੈਕਟਰੀ 'ਚ ਫੋਕਲ ਫੈਂਟ ਕੰਮ ਕਰ ਰਹੇ ਸੀਗੇ ਪਹਿਲਾਂ 2 ਦਿਨ ਪਹਿਲਾਂ ਆ ਕੇ ਧਮਕੀ ਦੇ ਕੇ ਗਿਆ ਘਰ ਵਾਲੇ ਨੂੰ ਫਿਰ ਉਸ ਤੋਂ ਬਾਅਦ ਕੱਲ੍ਹ ਉਹਨਾਂ ਨੇ ਚੁਕਵਾਇਆ 4 ਵਜੇ ਚੁਕਵਾ ਕੇ ਔਰ ਕੋਲ ਬੈਠ ਕੇ ਸਰ ਕਟਵਾਇਆ ਉਹਨਾਂ ਨੇ ਔਰ ਮੇਰੀ ਸੱਸ ਨਾਲ ਹੈ ਧਿਆਨ ਕਰੋ ਫੋਕਲ ਫੈਂਟ ਕਿਹੜੀ ਕਿੰਨੇ ਨੰਬਰ ਫੈਕਟਰੀ ਹੈ ਕਿਹੜੀ ਹੈ ਦੀ ਡੀ 238 ਡੀ 236 SHO ਨੂੰ ਤੁਸੀਂ ਮਿਲੇ ਇੰਚਾਰਜ ਨੂੰ ਜਿਹੜਾ ਸੀਗਾ ਜੀ ਨਹੀਂ ਸਰ ਜਿਹੜੇ ਲੈ ਕੇ ਗਏ ਸੀਗੇ ਉਹ ਕੌਣ ਕਿੰਨੇ ਮੁਲਾਜ਼ਮ ਸੀਗੇ ਜੀ ਉਹ ਜੀ 4 ਸੀਗੇ ਸਰ ਵਰਦੀ ਚ ਆਏ ਸੀਗੇ ਸਰ ਹਾਂ ਨਹੀਂ ਇੱਕ ਵਰਦੀ ਚ ਸੀਗਾ ਬਾਕੀ ਸਿੰਪਲ ਸੀਗੇ ਕੀ ਨਾਮ ਸੀ ਵਰਦੀ ਵਾਲੇ ਦਾ ਵਰਦੀ ਵਾਲੇ ਦਾ ਕੀ ਨਾਮ ਸੀ ਜਸ਼ਨ ਜਿਹੜਾ ਲੈ ਗਿਆ ਉਹਦਾ ਕੀ ਨਾਮ ਉਹ ਨਾਮ ਨਹੀਂ ਪਤਾ ਜਿਹੜਾ ਲੈ ਗਿਆ ਸਰ ਉਹਦੇ ਨਾਮ ਦਾ ਨਹੀਂ ਪਤਾ ਸਾਨੂੰ ਮੇਨ ਜਨਕਰਾਜ ਸੀਗਾ ਅੱਛਾ ਜੀ ਹਾਂਜੀ ਉਹਨਾਂ ਨੇ ਬਹੁਤ ਕੁੱਟਿਆ ਮੇਰੇ ਘਰ ਵਾਲੇ ਨੂੰ ਹੁਣ ਡਾਕਟਰ ਕੀ ਕਹਿੰਦੇ ਜਿਵੇਂ ਤੁਸੀਂ ਇੱਥੇ ਐਡਮਿਟ ਕਰਾਇਆ ਡਾਕਟਰ ਨੇ ਐਡਮਿਟ ਕੀਤਾ ਹੋਇਆ ਚੱਲ ਰਹੀ ਉਹਨਾਂ ਦੇ ਅੰਦਰ ਹਾਂਜੀ ਐਮਐਲਆਰ ਕੱਟੀ ਹੈ ਉਹਨਾਂ ਦੀ ਹਾਂਜੀ ਕੱਟੀ ਹੋਈ ਹੈ ਹਾਂਜੀ ਅੱਗੇ ਤੁਹਾਡੀ ਕੀ ਦਰਖਾਸਤ ਲਿਖੀ ਗਈ ਨੇ ਦੁਆਰਾ ਕੋਈ ਹੁਣ ਬਿਆਨ ਵਗੈਰਾ ਹੋਏ ਨੇ ਤੁਹਾਡੇ ਹਾਂਜੀ ਬਿਆਨ ਮਤਲਬ ਹੋ ਰਹੇ ਸੀਗੇ ਨਹੀਂ ਹੋਏ ਨਹੀਂ ਹੋਏ ਅੱਛਾ ਹਲੇ ਤੱਕ ਬਿਆਨ ਨਹੀਂ ਹੋਏ ਨਹੀਂ ਹੋਏ ਹੁਣ ਕੀ ਮੰਗ ਕਰਦੇ ਹੋ ਤੁਸੀਂ ਫਿਰ ਸਰ ਮੇਰਾ ਹੱਕ ਮੈਨੂੰ ਦਿੱਤਾ ਜਾਏ ਠੀਕ ਹੈ ਨਾ ਮੇਰੇ ਛੋਟੇ ਛੋਟੇ ਬੱਚੇ ਆ ਮੇਰਾ ਹੱਕ ਮੈਨੂੰ ਦਿੱਤਾ ਜਾਏ ਤੁਸੀਂ ਇਹ ਕਰੋ ਬਸ ਹੱਥ ਜੋੜ ਕੇ ਬੇਨਤੀ ਆ ਸਰ ਹਾਂਜੀ ਇਹ ਬੰਦਾ ਸਾਨੂੰ ਬਹੁਤ ਤੰਗ ਕਰ ਰਿਹਾ ਬਹੁਤ ਜ਼ਿਆਦਾ ਵਿੱਚ ਮੇਰੀ ਸੱਸ ਹੈ ਜੋ ਕਰਾ ਰਹੀ ਮੇਰੀ ਸੱਸ ਕਰਾ ਰਹੀ ਆ ਉਸ ਤੋਂ ਸਿੰਘ ਮੇਰਾ ਨਾਮ ਹੈ ਜੀ ਸਵਰਨ ਸਿੰਘ ਜੀ ਕੀ ਗੱਲ ਹੋਈ ਹੈ ਮੈਂ ਮੇਰੇ ਤੇ ਮੰਮੀ ਦੇ ਭਾਈ ਦੇ ਵਿੱਚ ਨਾ ਉਹ ਸੀਗਾ ਜੀ ਥੋੜ੍ਹਾ ਉੱਚੀ ਵੀ ਪੈਸੇ ਦਾ ਲੈਣ ਦੇਣ ਸੀਗਾ ਜੀ ਥੋੜ੍ਹਾ ਜਿਹਾ ਅਤੇ ਉਹਦੇ ਕਰਕੇ ਨਾ ਅਤੇ ਇਹਨਾਂ ਦਾ ਡਾਕੂਮੈਂਟ ਦਾ ਟਾਈਮ ਖਤਮ ਹੋ ਗਿਆ ਸੀਗਾ ਜੀ ਠੀਕ ਹੈ ਅਤੇ ਇਸ ਕਰਕੇ ਅਤੇ ਅਸੀਂ ਇਹਨਾਂ ਨੇ ਮੈਨੂੰ ਨਾ ਰਿਪੋਰਟ ਕਰਾਈ ਜੀ ਇੱਥੇ ਅਰਬਨ ਸਟੇਟ ਚੌਂਕੀ 'ਚ ਠੀਕ ਹੈ ਅਤੇ ਅਸੀਂ ਗਏ ਸੀਗੇ ਉੱਥੇ ਇੱਕ ਵਾਰੀ ਅਤੇ ਉੱਥੇ ਚਲੋ ਵਾਪਸ ਆ ਗਏ ਕੁਛ ਨਹੀਂ ਗੱਲ ਹੋਈ ਮਾੜਾ ਮੋਟੀ ਚਲੋ ਹੋਈ ਜੀ ਅਤੇ ਆ ਕੇ ਜੀ ਦੋ ਤਿੰਨ ਦਿਨਾਂ ਬਾਅਦ ਇੱਕ ਵਾਰੀ ਸਾਡੇ ਕੋਲ ਫੋਨ ਆਇਆ ਅਤੇ ਮੁੜ ਕੇ ਸਾਡੀ ਕੋਈ ਉਹ ਇੰਨੀ ਉਹ ਗੱਲਬਾਤ ਨਹੀਂ ਹੋਈ ਚਲੋ ਕੋਈ ਗੱਲ ਨਹੀਂ ਜੀ ਅਤੇ ਬਾਅਦ 'ਚੋਂ ਜੀ ਆ ਕੇ ਮੈਨੂੰ ਇੱਥੇ ਫੈਕਟਰੀ 'ਚ ਆ ਕੇ ਸੁਖਦੇਵ ਸਿੰਘ ਮੇਰਾ ਭਾਈ ਆ ਜੀ ਉਹ ਮੈਨੂੰ ਧਮਕੀਆਂ ਦੇ ਕੇ ਗਿਆ ਜੀ ਫੈਕਟਰੀ ਦੇ ਵਿੱਚ ਅਤੇ ਚਲੋ ਜੀ ਅਸੀਂ ਕਹੇ ਕੋਈ ਗੱਲ ਨਹੀਂ ਜੀ ਚਲੋ ਆਉਂਦਾ ਜਾਂਦਾ ਰਹਿੰਦਾ ਧਮਕੀਆਂ ਦਿੰਦੇ ਰਹਿੰਦੇ ਆ ਜੀ ਇਹ ਠੀਕ ਹੈ ਅਤੇ ਕੱਲ੍ਹ ਸ਼ਾਮੀ ਮੈਨੂੰ ਆ ਕੇ ਚੁਕਵਾ ਕੇ ਜੀ 4 ਜਣੇ ਸੀਗੇ ਜੀ ਪੁਲਿਸ ਵਾਲੇ 4 ਜਣੇ ਇਹ ਆਪ ਹੀ ਸੀਗੇ ਜੀ ਵਿੱਚ ਪੁਲਿਸ ਵਾਲੇ ਵੀ ਸੀਗੇ ਦੋ ਅਤੇ ਇਹਨਾਂ ਨੇ ਮੈਨੂੰ ਜੀ ਉੱਥੇ ਲਿਜਾ ਕੇ ਥਾਣੇ 'ਚ ਬਹੁਤ ਕਟਵਾਇਆ ਜੀ ਅਤੇ ਇਸ ਕਰਕੇ ਵੀ ਮੈਨੂੰ ਇਨਸਾਫ ਕੀਤਾ ਜਾਵੇ ਜੀ ਮੇਰਾ ਕਿਉਂ ਕੁੱਟਿਆ ਗਿਆ ਤੁਹਾਨੂੰ ਪੁੱਛਿਆ ਨਹੀਂ ਤੁਸੀਂ ਪੁਲਿਸ ਵਾਲੇ ਕਿਉਂ ਲੈ ਕੇ ਜਾ ਰਹੇ ਹੋ ਡਾਕੂਮੈਂਟ ਮੰਗ ਰਹੇ ਆ ਜੀ ਮੇਰੇ ਤੋਂ ਡਾਕੂਮੈਂਟ ਹੋਏ ਪਿਆ ਜੀ ਉਹਨਾਂ ਦੀ ਤਰੀਕ ਲੰਘੀ ਹੋਈ ਸੀਗੀ ਅਸੀਂ ਲਾਏ ਜੀ ਇਸ ਕਰਕੇ ਉਹ ਕਹਿੰਦੇ ਵੀ ਓਰੀਜਨਲ ਦੇ ਦਿਓ ਸਾਨੂੰ ਤੁਹਾਡੇ ਪੈਸਿਆਂ ਦਾ ਕੀ ਲੈਣ ਦੇਣ ਸੀਗਾ ਜੀ ਸਾਡਾ ਪੈਸਿਆਂ ਦਾ ਲੈਣ ਦੇਣ ਦਾ ਹੈਗਾ ਜੀ ਇਹਨਾਂ ਨੇ ਲੋੜ ਸੀਗੀ ਪੈਸੇ ਦੀ ਮੇਰੀ ਮਾਤਾ ਨੇ ਖੁਦ ਦਵਾਏ ਆ ਜੀ ਉਹ ਡਾਕੂਮੈਂਟ ਮੰਗਦੇ ਹੀ ਦੁਆਰੇ ਬਗੈਰ ਪੈਸੇ ਦਿੱਤੇ ਹੋਏ ਕੌਣ ਲੈ ਕੇ ਗਿਆ ਸੀ ਕਿ ਕੌਣ ਸੀਗੇ ਮਤਲਬ ਮੇਰੀ ਮਾਤਾ ਸੀਗੀ ਜੀ ਮੁਲਾਜ਼ਮ ਕੌਣ ਸੀਗੇ ਜਿਹੜੇ ਨਾਲ ਆਏ ਕੁਛ ਪਤਾ ਹਾਂਜੀ ਆ ਅਰਬਨ ਸਟੇਟ ਚੌਂਕੀ ਦੇ ਸੀਗੇ ਜਨਕਰਾਜ ਜੀ ਅਤੇ ਇੱਕ ਬਾਕੀ ਉਹਨਾਂ ਨਾਲ ਸੀਗੇ ਜੀ ਕੁੱਟਮਾਰ ਕਿਹਨੇ ਕੀਤੀ ਹੈ ਇਹ ਸੀਗੇ ਜੀ 4 ਜਣੇ ਅੱਛਾ ਜੀ ਹਾਂਜੀ ਪੁੱਛਿਆ ਨਹੀਂ ਤੁਸੀਂ ਕਿਉਂ ਕੁੱਟ ਰਹੇ ਹੋ ਕੀ ਗੱਲ ਉਹ ਡਾਕੂਮੈਂਟ ਦੇ ਦਿਓ ਜੀ ਅੱਛਾ ਸਿਰਫ ਇਸੇ ਗੱਲ ਤੇ ਹਾਂਜੀ
ਹੁਣ ਡਾਕੂਮੈਂਟ ਮੈਂ ਜੇ ਇਹਨਾਂ ਨੂੰ ਦੇ ਦੇਵਾਂ ਜੀ ਤਾਂ ਮੇਰੇ ਕੋਲ ਕੀ ਰਹਿ ਗਿਆ ਜੀ? ਜਾਂ ਤਾਂ ਮੈਨੂੰ ਪੈਸਾ ਦੇ ਦਿਓ ਮੇਰਾ ਅਤੇ ਜਾਂ ਫਿਰ ਡਾਕੂਮੈਂਟ ਲੈ ਲਓ ਆਪਣੇ। ਮੰਗ ਕੀ ਕਰਦੇ ਹੁਣ ਸਰਕਾਰ ਤੋਂ ਪ੍ਰਸ਼ਾਸਨ ਤੋਂ? ਸਾਨੂੰ ਇਹ ਮੰਗ ਹੈ ਜੀ ਸਾਡਾ ਇਨਸਾਫ ਕੀਤਾ ਜਾਵੇ, ਮੇਰੀ ਜੋ ਮੇਰੇ 'ਤੇ ਮੇਰਾ ਜੋ ਵੀ ਹੋਇਆ ਮੇਰੇ 'ਤੇ ਕਾਰਵਾਈ ਪਾਈ ਜਾਵੇ ਜੀ ਇਹਨਾਂ 'ਤੇ ਵੀ ਮੇਰੀ ਕੁੱਟਮਾਰ ਬਹੁਤ ਹੋਈ ਹੈ। ਹੁਣ ਮੈਨੂੰ ਪੈਸਾ ਜਿਹੜਾ ਮੇਰਾ ਹੈਗਾ ਜੀ ਉਹ ਮੈਨੂੰ ਮਿਲਿਆ ਜਾਵੇ। ਹਾਂਜੀ ਰੋਲ ਭਾਈ। ਸਰ ਇੱਕ ਸਵਰਨ ਸਿੰਘ ਨਾਮ ਦਾ ਇੱਕ ਵਿਅਕਤੀ ਹੈ ਜਿਹੜਾ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹੈ, ਉਹਦੇ ਵੱਲੋਂ ਅਤੇ ਉਹਦੀ ਮਾਤਾ ਦਾ ਕੋਈ ਝਗੜਾ ਚੱਲ ਰਿਹਾ, ਸਰ ਮਾਮਲਾ ਕੀ ਹੈ? ਮਾਮਲਾ ਇੱਦਾਂ ਜੀ, ਸਵਰਨ ਸਿੰਘ ਜਿਹੜਾ ਹੈਗਾ ਇਹਦੀ ਮਾਤਾ ਵੱਲੋਂ ਦਰਖਾਸਤ ਦਿੱਤੀ ਹੋਈ ਹੈ ਮਾਨਯੋਗ ਐਸ ਐਸ ਪੀ ਸਾਹਿਬ ਕੋਲ ਵੀ ਮੇਰੇ ਲੜਕੇ ਨੇ ਮੇਰੇ ਘਰ ਦੀ ਜਿਹੜੀ ਰਜਿਸਟਰੀ ਹੈ ਉਹ ਕਿਸੇ ਕੋਲ ਅੱਗੇ ਗਿਰਵੀ ਰੱਖੀ ਹੋਈ ਹੈ ਅਤੇ ਮੇਰੇ ਘਰ 'ਤੇ ਕਬਜ਼ਾ ਕੀਤਾ ਹੋਇਆ, ਉਹਦੀ ਪੜਤਾਲ ਮੈਨੂੰ ਮਾਰਕ ਹੋਈ ਹੈ ਜੀ, ਉਹ ਮੈਂ ਪੜਤਾਲ ਕਰ ਰਿਹਾ। ਸਰ ਸਵਰਨ ਸਿੰਘ ਅਤੇ ਉਹਦੀ ਵਾਈਫ ਨੇ ਇਲਜ਼ਾਮ ਲਗਾਏ ਨੇ ਤੁਹਾਡੇ ਦੇ ਉੱਪਰ, ਕਹਿੰਦੇ ਕਿ ਆਈ ਓ ਜੋ ਜਨਕ ਰਾਜ ਜੀ ਨੇ ਉਹ ਸਾਨੂੰ, ਮੈਂ ਕੰਮ ਕਰ ਰਿਹਾ ਸੀਗਾ ਫੈਕਟਰੀ ਵਿੱਚ ਅਤੇ ਮੈਨੂੰ ਨਾਲ ਲੈ ਕੇ ਆਪਣੇ ਸੁਖਦੇਵ ਸਿੰਘ ਆਪਣੇ ਜੇਠ ਨੂੰ ਨਾਲ ਲੈ ਕੇ ਉਹਦੇ ਭਰਾ ਮਤਲਬ ਸੁਖਦੇਵ ਸਿੰਘ ਦੇ ਨਾਲ ਲੈ ਕੇ ਤੁਸੀਂ ਉਹਨਾਂ ਨੂੰ ਉੱਥੋਂ ਲੈ ਕੇ ਆਏ ਅਤੇ ਸਾਡੇ ਨਾਲ ਕਹਿੰਦੇ ਥਾਣੇ 'ਚ ਕੁੱਟਮਾਰ ਕੀਤੀ ਗਈ। ਇਹ ਤਾਂ ਬਿਲਕੁਲ ਗਲਤ ਹੈ ਜੀ, ਦੇਖੋ ਨੰਬਰੀ ਦਰਖਾਸਤ ਹੈ ਇਹਦੇ 'ਚ ਅਸੀਂ ਪਰਵਾਨੇ ਹੀ ਕੱਟ ਕੇ ਭੇਜਦੇ ਹੁੰਦੇ ਹਾਂ, ਠੀਕ ਹੈ, ਕਿਸੇ ਨੂੰ ਫੜ ਕੇ ਨਹੀਂ ਲਿਆਉਂਦੇ। ਜੇ ਕੋਈ ਆ ਜਾਂਦਾ ਤਾਂ ਉਹਦਾ ਸਟੇਟਮੈਂਟ ਲਿਖ ਲਈ ਦੀ ਹੈ, ਜੇ ਕੋਈ ਨਹੀਂ ਆਉਂਦਾ ਤਾਂ ਉਸੇ ਹਿਸਾਬ ਨਾਲ ਉਹਦੀ ਰਿਪੋਰਟ ਬਣਾ ਕੇ ਅਫਸਰਾਂ ਕੋਲ ਭੇਜ ਦਿੰਦੀ। ਨਹੀਂ ਉਹ ਜਿਹੜੀ ਕੁੱਟਮਾਰ ਦੀ ਗੱਲ ਕਰ ਰਿਹਾ ਸਰ, ਕੀ ਉਹਦੇ 'ਚ ਕਿੰਨੀ ਕੁ ਸੱਚਾਈ ਹੈ? ਕੁੱਟਮਾਰ ਵਾਲੀ ਕੋਈ ਗੱਲ ਨਹੀਂ ਹੈ ਜੀ, ਨਾ ਅਸੀਂ ਉਹਨਾਂ ਨੂੰ ਲੈ ਕੇ ਆਉਂਦਾ ਇਕੱਲੇ ਨੂੰ, ਉਹਨਾਂ ਨੂੰ ਬੁਲਾਇਆ ਸੀਗਾ, ਉਹ ਸਾਡੇ ਕੋਲ 3 ਤਰੀਕ ਨੂੰ ਆਏ ਸੀਗੇ। ਉਹਦੀ ਮਿਸੀ ਸੀ, ਉਹਦਾ ਸਾਲਾ ਸੀਗਾ ਨਾਲ, ਇੱਕ ਹੋਰ ਉਹਨਾਂ ਦਾ ਜਾਣਕਾਰ ਸੀਗਾ, 4 ਬੰਦੇ ਆਏ ਸੀ। ਉਹ ਰਿਟਰਨ 'ਚ ਕਰਕੇ ਗਏ ਹੈ ਵੀ ਜਿਹੜੀ ਰਜਿਸਟਰੀ ਹੈ ਉਹ ਮੇਰੇ ਕੋਲ ਹੈਗੀ ਹੈ, ਮੈਂ ਕਿਸੇ ਕੋਲ ਗਿਰਵੀ ਰੱਖੀ ਹੈ ਅਤੇ ਮੈਂ ਇਸ ਸੰਬੰਧੀ ਆਪਣੀ ਮਾਤਾ ਨੂੰ 5 ਲੱਖ ਰੁਪਇਆ ਦਿੱਤਾ ਹੋਇਆ, ਪਰ ਕੋਈ ਸਬੂਤ ਉਹਨੇ, ਕੋਈ ਲਿਖਤ, ਕੋਈ ਐਗਰੀਮੈਂਟ ਉਹਨੇ ਪੇਸ਼ ਨਹੀਂ ਕੀਤਾ ਸਾਡੇ ਕੋਲ। ਜਨਕ ਜੀ ਗੱਲ ਕਰੀਏ, ਜਿਹੜੀ ਪ੍ਰੋਪਰਟੀ ਦਾ ਜੋ ਹੈਗਾ ਡਿਸਪਿਊਟ ਇਹਨਾਂ ਦਾ, ਕਿੰਨੇ ਗਜ਼ ਦੀ ਪ੍ਰੋਪਰਟੀ ਹੈ ਅਤੇ ਕਿਹਦੇ ਨਾਮ 'ਤੇ ਰਜਿਸਟਰੀ ਹੈ? ਇਹ ਉਹਨੇ ਉਹਦੇ ਦੱਸਣ ਮੁਤਾਬਕ ਹੀ ਹੈ, ਕਿਉਂਕਿ ਸਾਡੇ ਕੋਲ ਕੋਈ ਰਜਿਸਟਰੀ ਅਜੇ ਨਾ ਤਾਂ ਦਰਖਾਸਤ ਕਰਤਾ ਨੇ ਕੋਈ ਫੋਟੋ ਕਾਪੀ ਦਿੱਤੀ ਹੈ ਜੀ, ਨਾ ਹੀ ਉਹਦੇ ਵੱਲੋਂ ਦਿੱਤੀ ਹੈ ਜਿਹੜਾ ਅਜੀਤ ਸਵਰਨ ਸਿੰਘ ਵੱਲੋਂ। ਉਹਦੇ ਦੱਸਣ ਮੁਤਾਬਕ ਹੀ ਹੈ ਕਿ 95 ਗਜ਼ ਦੀ ਜਗ੍ਹਾ ਹੈਗੀ ਹੈ ਇਹ, ਜੋ ਉਹਦੀ ਮਾਤਾ ਧਿਆਨ ਕੌਰ ਦੇ ਨਾਮ ਦੇ ਉੱਤੇ ਹੈਗੀ। ਪ੍ਰੋਪਰਟੀ ਕਿਹੜੀ ਜਗ੍ਹਾ ਤੇ ਹੈ? ਇਹ ਸ਼ਾਂਤੀ ਨਗਰ ਹੈਗੀ ਹੈ ਜੀ। ਇਹ ਕਿੰਨੇ ਸਾਲ ਤੋਂ ਇਹਨਾਂ ਦਾ ਕਲੇਸ਼ ਪਿਆ ਹੈ? ਇਹ ਸਾਡੇ ਕੋਲ ਤੇ ਦੇਖੋ ਦਰਖਾਸਤ ਹੋਣੀ ਆਈ ਜੀ, ਸਾਨੂੰ ਇਸ ਬਾਰੇ ਵੀ ਨਹੀਂ ਪਤਾ ਹੈਗਾ ਪਹਿਲਾਂ, ਅੱਜ ਤੱਕ ਜਦੋਂ ਦਰਖਾਸਤ ਸਾਡੇ ਕੋਲ ਆਈ ਹੈ ਉਸ ਤੋਂ ਉਦੋਂ ਤੋਂ ਪੜਤਾਲ ਸ਼ੁਰੂ ਕੀਤੀ। ਸਰ ਹੁਣ ਕੀ ਅਪਡੇਟ ਆ ਜੀ ਕੇਸ ਦੇ ਵਿੱਚ, ਹੁਣ ਅੱਗੇ ਕੀ ਕਾਰਵਾਈ ਚੱਲੇ, ਕੋਈ ਹਸਪੀਟਲ ਐਡਮਿਟ ਨੇ ਜੀ ਕੋਈ? ਦੇਖੋ ਜੀ, ਜੇ ਤੇ ਸਾਡੇ ਕੋਲ ਕੋਈ ਸਟੇਟਮੈਂਟ ਦੇਣਗੇ, ਕੋਈ ਪ੍ਰੂਫ ਪੇਸ਼ ਕਰਨਗੇ, ਉਸ ਹਿਸਾਬ ਨਾਲ ਅਸੀਂ ਰਿਪੋਰਟ ਬਣਾ ਕੇ ਸੀਨੀਅਰ ਅਫਸਰਾਂ ਦੀ ਸੇਵਾ ਵਿੱਚ ਭੇਜ ਦਾਂਗੇ ਜੀ, ਜੋ ਹੁਕਮ। ਤੁਹਾਡੇ ਬਿਆਨ, ਤੁਸੀਂ ਬਿਆਨ ਲੈਣ ਗਏ ਹੋ ਜੀ, ਹੁਣ ਉੱਥੇ ਬਿਆਨ ਹੋਏ ਨੇ ਜੀ ਉਹਨਾਂ ਦੇ? ਨਹੀਂ, ਬਿਆਨ ਮੇਰੇ ਕੋਲ ਤਾਂ, ਮੈਨੂੰ ਤਾਂ ਨੋਟ ਨਹੀਂ ਕਰਾਇਆ ਜੀ ਕਿਸੇ ਨੇ, ਠੀਕ ਹੈ, ਵੀ ਬਿਆਨ ਵਾਸਤੇ ਕੋਈ ਦਾਖਲਾ ਬੰਦਾ ਕੋਈ ਰੋਕਾ ਆਇਆ ਨਹੀਂ ਤੁਹਾਨੂੰ? ਰਜਿੰਦਰਾ ਤਫਤੀਸ਼ ਕੋਲ ਜਾਊਗਾ, ਉਹ ਬਿਆਨ ਲਿਖ ਲੇਗਾ ਜੀ, ਦੇਖਦਾ ਕੀ ਲਿਖਾਉਂਦੇ ਨੇ। ਠੀਕ ਹੈ ਜੀ।